ਰਾਜਸਥਾਨ ਦੇ ਵਿੱਚ ਜਿਹੜਾ ਸਚਨ ਪਾਇਲਟ ਨੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਦੀ ਵੀ ਮੇਰੇ ਨਾਲ ਹੋ ਜੂਗੀ ਤੇ ਹੋ ਗਈ ਉਹਦੇ ਨਾਲ ਹੋਇਆ ਇਹ ਕਿ ਸਚਨ ਪਾਇਲਟ ਨੇ ਮਧ ਪ੍ਰਦੇਸ਼ ਵਾਲਾ ਮਾਡਲ ਜਾਦੂਮੰਦ ਸੀ ਜਾਂ ਉਹਦੀ ਕੈਲਕੂਲੇਸ਼ਨ 'ਚ ਫਰਕ ਸੀ ਜਾਂ ਦੇ ਬੰਦੇ ਮੌਕੇ ਤੇ ਧੋਖਾ ਦੇ ਗਏ ਜਾਂ ਭਾਰਤੀ ਜਨਤਾ ਪਾਰਟੀ ਦੀ ਚੱਕ ਐਨੀ ਸੀ ਜਾਂ ਸੌਰਿਆਂ ਦੀ ਚੱਕ ਸੌਰਿਆਂ ਦੀ ਚੱਕ ਵੀ ਮਾਰੀ ਹੁੰਦੀ ਹੈ ਸੌਰਿਆਂ ਦੀ ਮਜਬੂਰੀ ਵੀ ਹੁੰਦੀ ਹੈ ਸੋਰਾ ਵੀ ਜਿਹੜਾ ਹੈ ਫਸਿਆ ਹੋਇਆ ਹੈ ਉਮਰ ਅਬਦੁੱਲਾ ਵੀ ਸਾਲਾ ਵੀ ਜੇਜ ਚਾ ਉਧਰੋਂ ਸੀ ਕਿ ਤੋਂ ਵੀ ਕੋਈ ਗੱਲ ਹੋਵੇ ਲੇਕਿਨ ਇਹ ਚੱਕ ਦੇ ਵਿੱਚ ਉਹ ਬੋਲਿਆ ਨਹੀਂ ਕੱਲ ਅਸ਼ੋਕ ਗਲੋਤ ਜਿਹੜੀ ਮੀਟਿੰਗ ਬੁਲਾਈ ਗਈ ਉਸ ਤੋਂ ਬਾਅਦ ਦੀਪ ਸਿੰਘ ਸੂਰਜੇਵਾਲਾ ਨੇ ਜਿਸ ਤਰੀਕੇ ਨਾਲ ਉੱਥੇ ਬਰੀਫ ਕੀਤਾ ਜਿਹੜਾ ਪੀੜ੍ਹੀਆ ਨੂੰ ਵੀ ਕੀ ਹੋਇਆ ਉੱਥੇ ਉਹ ਵੀ ਆਪਣੇ ਆਪ ਦੇ ਵਿੱਚ ਹੈ ਉਹਦੇ ਚ ਕੱਲਾ ਇਹਨੂੰ ਨਹੀਂ ਕੱਢਿਆ ਕਾਢ ਹੀ ਦਿੱਤਾ ਡਿਪੀ ਸੀਐਮ ਤੋਂ ਵੀ ਹਟਾਤਾ ਔਰ ਪ੍ਰਧਾਨਗੀ ਤੋਂ ਵੀ ਹਟਾਤਾ ਕੱਲਾ ਨਹੀਂ ਦੋ ਮੰਤਰੀ ਸੀ ਬਿਸ਼ਵਿੰਦਰ ਸਿੰਘ ਤੇ ਰਮੇਸ਼ ਮੈਨੂ ਉਹਨਾਂ ਨੂੰ ਵੀ ਕੱਢਤਾ ਯਾਨੀ ਇਹਦਾ ਗਰੁੱਪ ਹੀ ਖਤਮ ਕਰਤਾ ਇੱਕ ਸੌਂਦਾ ਜਿਹੜੇ ਬੰਦੇ ਬੋਲਦੇ ਸੀ ਤੇ ਨਾਲ ਇਹ ਵੀ ਕਰ ਲਿਆ ਕਿ ਗੋਮਿੰਦ ਸਿੰਘ ਨੂੰ ਬਣਾਤਾ ਪ੍ਰਧਾਨ ਲੇਖੋ ਗੱਲ ਇਹ ਹੈ ਕਿ ਉਹਦੀ ਡਿਪੀ ਸੀਐਮ ਚਲੇ ਜਾਵੇ ਉਹਦੇ ਬੰਦੇ ਚਲੇ ਜਾਣ ਇੱਕ ਗੱਲ ਤਾਂ ਹੈ ਕਿ ਇਹ ਐਕਸ਼ਨ ਉਹਦੀ ਲਿਆ ਜਾਂਦਾ ਹੈ ਜਦੋਂ ਤੁਹਾਡੇ ਕੋਲ ਮжоਰਿਟੀ ਹੁੰਦੀ ਹੈ ਕਿ ਤੁਹਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਜੇ ਸਰਕਾਰ ਨੂੰ ਖਤਰਾ ਹੁੰਦਾ ਜੇ ਇਹਦੇ ਕੋਲ ਜੋ ਕਲੇਮ ਕੀਤਾ ਸੀ ਸਚਨ ਪਾਇਲਟ ਨੇ ਕਿ ਮੇਰੇ ਕੋਲ ਇੰਨੇ ਬੰਦੇ ਨੇ ਜੇ ਇੰਨੇ ਹੁੰਦੇ ਤਾਂ ਸ਼ਾਇਦ ਇਹ ਗੱਲ ਇਸ ਤਰੀਕੇ ਨਾਲ ਕਾਂਗਰਸ ਪਾਰਟੀ ਨਾ ਕਰਦੀ ਜਿਵੇਂ ਕੱਲ ਤੇਜ਼ੀ ਨਾਲ ਇਹ ਘਟਨਾਕ੍ਰਮ ਵਰਤੇ ਵਾਪਰਿਆ ਉਹਦੇ ਵਿੱਚ ਇਹ ਹੋਇਆ ਕਿ ਸਚਨ ਪਾਇਲਟ ਦੇ ਕੋਲ ਸ਼ਾਇਦ ਬੰਦਿਆਂ ਦੀ ਗਿਣਤੀ ਨਹੀਂ ਸ਼ਾਇਦ ਫਿਰ ਸ਼ਾਇਦ ਪਹਿਲੀ ਵਾਰ ਉਹਨੇ ਅੱਜ ਉਹਨੇ ਆਉਣਾ ਹੈ ਮੀਡੀਆ ਦੇ ਸਾਹਮਣੇ ਪਰ ਹਾਲ ਤੱਕ ਮੀਡੀਆ ਦੇ ਸਾਹਮਣੇ ਆਇਆ ਕਲ ਟਵੀਟ ਕੀਤਾ ਸੀ ਕਿ ਸੱਚ ਨੂੰ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਹੈ ਪਰ ਉਹਨੂੰ ਹਰਾਇ ਨਹੀਂ ਜਾ ਸਕਦਾ ਦੇਖੋ ਜੀ ਜੋ ਮਰਜੀ ਕਹੋ ਸਚਨ ਪੈਲਟ ਸੀ ਹਾਲ ਦੀ ਘੜੀ ਤਾਂ ਜਿਹੜਾ ਹੈ ਬਜ਼ੁਰਗ ਪੋਲਿਟਿਸ਼ੀਅਨ ਤੁਹਾਨੂੰ ਚਿਤ ਕਰ ਗਿਆ ਇਹ ਗੱਲ ਆਪਾਂ ਨੂੰ ਮੰਨਣੀ ਪਈ